ਕੋਟ ਵੱਲੋਂ ਦਲਜੀਤ ਔ ਸਾਂਝ ਦੀ ਜੋੜੀ ਮੂਵੀ ਨੂੰ ਇੰਡੀਆ ਵਿੱਚ ਬੈਨ ਕਰ ਦਿੱਤਾ ਗਿਆ ਹੈ ਅਤੇ ਉਹ ਮੂਵੀ ਹੁਣ ਰਿਲੀਜ਼ ਨਹੀਂ ਹੋਵੇਗੀ। ਲੁਧਿਆਣਾ ਹਾਈ ਕੋਰਟ ਨੇ ਇਸ ਮੂਵੀ ਉੱਤੇ ਬੈਨ ਲਗਾਈ ਹੋਈ ਹੈ। ਇਸ ਤੋਂ ਪਹਿਲਾਂ ਵੀ ਦਲਜੀਤ ਔ ਸਾਂਝ ਦੀ ਚਮਕੀਲਾ ਮੂਵੀ ਬੈਨ ਹੋਈ ਸੀ। ਇਹ ਦੂਜੀ ਮੂਵੀ ਆ ਜਿਹੜੀ ਬੈਨ ਕਰ ਦਿੱਤੀ ਗਈ ਆ। ਦੱਸਿਆ ਜਾ ਰਿਹਾ ਹੈ ਕਿ ਦਲਜੀਤ ਔ ਸਾਂਝ ਨੇ ਜੋੜੀ ਮੂਵੀ ਵਿੱਚ ਚਮਕੀਲੇ ਦੀ ਬਾਇਓਪਿਕ ਯੂਜ਼ ਕੀਤੀ ਹੈ ਜਿਹਦੇ ਕਰਕੇ ਇਸ ਮੂਵੀ ਉੱਤੇ ਬੈਨ ਲੱਗ ਚੁੱਕਿਆ ਹੈ। ਵੈਸੇ ਅੱਜ ਜੋੜੀ ਮੂਵੀ ਰਿਲੀਜ਼ ਹੋਣੀ ਸੀ ਪਰ ਹਾਈ ਕੋਰਟ ਦੇ ਫੈਸਲੇ ਕਰਕੇ ਇਹ ਮੂਵੀ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਇਸੇ ਦੇ ਚਲਦੇ ਦਲਜੀਤ ਦਸਾਂਜ ਨੇ ਇੱਕ ਪੋਸਟ ਸ਼ੇਅਰ ਕੀਤੀ ਜਿਦੇ ਵਿੱਚ ਉਹਨਾਂ ਲਿਖਿਆ ਫਿਲਮ ਦੀ ਸਾਰੀ ਟੀਮ ਨੇ ਬਹੁਤ ਹਾਰਡਵਰਕ ਕੀਤਾ ਆਪਣਾ 100% ਦਿੱਤਾ ਸਾਰਿਆਂ ਨੇ ਪਰ ਕਿਸੇ ਕਾਰਨ ਜੋ ਫਿਲਮ ਅੱਜ ਇੰਡੀਆ ਚ ਰਿਲੀਜ਼ ਨਹੀਂ ਹੋ ਰਹੀ ਜੋ ਜੋੜੀ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਤੋਂ ਮਾਫੀ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਸੋ ਇਸ ਤਰੀਕੇ ਨਾਲ ਦਲਜੀਤ ਦਸਾਂਜ ਨੇ ਸਾਰਿਆਂ ਤੋਂ ਮਾਫੀ ਮੰਗੀ ਹੈ ਉਮੀਦ ਆ ਜਲਦੀ ਜੋੜੀ ਮੂਵੀ ਨੂੰ ਅਨਬੈਨ ਕਰ ਦਿੱਤਾ ਜਾਵੇਗਾ ਅਤੇ ਉਹ ਜਲਦ ਹੀ ਇੰਡੀਆ ਵਿੱਚ ਰਿਲੀਜ਼ ਹੋਵੇਗੀ